ਅਸਲਾਮ ਅਲੈਕੁਮ ਜੀ ਸਾਰੇ ਮੁਸਲਮਾਨ ਭਰਾਵੋ ਅਤੇ ਪੰਜਾਬੀਓ, ਅਸੀਂ ਅੱਜ ਜਨਕ ਬੈਂਗਣ ਦੇ ਪਲਾਟ ਦੇ ਵਿੱਚ ਮੌਜੂਦ ਹਾਂ ਜਿਹੜਾ ਜੂਨ ਜੁਲਾਈ 'ਚ ਪਿਛਲੇ ਸਾਲ ਕਾਸ਼ਤ ਕੀਤਾ ਸੀਗਾ, ਅਤੇ ਇਹਦਾ ਅੱਜ ਸਿਰਫ ਤੁਹਾਨੂੰ ਅਸੀਂ ਦੱਸਾਂਗੇ ਵੀ ਇਹਦੀ ਚੁਣਾਈ ਜਿਹੜੀ ਆ, ਹਾਰਵੈਸਟਿੰਗ ਜਿਹੜੀ ਆ ਬੈਂਗਣ ਦੀ, ਉਹ ਕਿੱਦਾਂ ਕੀਤੀ ਜਾਂਦੀ ਆ, ਕਿਵੇਂ ਬੀਬੀਆਂ ਤੋੜਦੀਆਂ, ਅਤੇ ਕਿਵੇਂ ਇਹਦੇ ਜਿਹੜੇ ਪਲਾਸਟਿਕ ਬੈਗ ਆ ਸ਼ਾਪਰ ਭਰੇ ਜਾਂਦੇ ਆ। ਆਹ ਦੇਖੋ ਸਾਡੇ ਜਵਾਨ ਨੇ ਬੜਾ ਵੱਡਾ ਜਨਕ ਦਾ ਬਿਲਕੁਲ ਸਾਫ਼ ਐਡਾ ਦਾਣਾ ਫੜਿਆ ਹੋਇਆ, ਜਿੱਥੇ ਬੀਬੀਆਂ ਦੀ ਚੁਣਾਈ ਹੋ ਰਹੀ ਹੈ। ਭਰ ਲਿਆ ਗੱਟਾ, ਤੇਰੀ ਵੀ ਤਸਵੀਰ। ਇਹ ਜਵਾਨ ਢੋ ਰਹੇ ਆ, ਇਹ ਚੁਣਾਈ ਕਰਾ ਰਹੇ ਆ, ਬੀਬੀਆਂ ਪਿੱਛੇ ਚੁਗੀ ਜਾ ਰਹੀਆਂ। ਇਹ ਪਿਛਲੇ ਸਾਲ ਜੂਨ ਜੁਲਾਈ ਦੀ ਕਾਸ਼ਤ ਸੀਗੀ, ਛੇਵੀਂ ਚੁਣਾਈ ਅੱਜ ਹੋ ਰਹੀ ਹੈ, ਦੁਬਾਰਾ ਫੁੱਟ ਕੇ ਤੁਹਾਨੂੰ ਲੱਗੇ ਆ, ਅਤੇ ਦੁਬਾਰਾ ਫੁੱਟੇ ਇਹਨਾਂ ਨੂੰ ਵਾਹਿਆ ਨਹੀਂ ਸੀਗਾ, ਛੇਵੀਂ ਚੁਣਾਈ ਹੋ ਰਹੀ ਹੈ। ਕਿੱਲੇ ਦੇ ਵਿੱਚੋਂ 500-550 ਸ਼ਾਪਰ ਹੋ ਜਾਂਦਾ ਡੇਲੀ। ਇਹ ਜਵਾਨ ਨੇ ਬੀਬੀਆਂ ਤੋਂ ਲਏ ਆ ਅਤੇ ਬੈਂਗਣ ਢੋ ਰਿਹਾ। ਬੁਲਾ ਲਾ ਬੂਟਾ ਚੱਕੀ ਨੇ, ਮੈਂ ਤੁਹਾਨੂੰ ਦਿਖਾ ਰਹੇ ਹਾਂ ਵੀ ਇਹ ਕਿਵੇਂ ਫਲ ਲੱਗਿਆ ਹੋਇਆ। ਇਹ ਜਿਹੜਾ ਸਰਦੀ 'ਚ ਸ਼ੈਡ 'ਤੇ ਲੱਗਾ ਹੋਇਆ ਉਹਦੇ ਤੋਂ ਵੀ ਚੰਗਾ ਬਤਾਊ ਆ, ਅਗਰ ਤੁਸੀਂ ਇਹਨੂੰ ਰੱਖਣਾ ਸਾਲ ਪੂਰਾ ਤਾਂ ਇਹ ਜਨਕ ਤੋਂ ਸਿਵਾ ਕੋਈ ਬੀ ਨਾ ਲਾਓ। ਜਨਕ ਇਹ ਸਰਦੀ 'ਚ ਗਰਮੀ 'ਚ ਦੋਵਾਂ ਮੌਸਮਾਂ 'ਚ ਬਹੁਤ ਜ਼ਿਆਦਾ ਲੱਗਦਾ। ਇਹ ਫੁੱਟ ਕੇ ਲੱਗੇ ਹੋਏ ਬਤਾਊ ਨੇ, ਛੇਵੀਂ ਚੁਣਾਈ ਹੋ ਰਹੀ ਹੈ। ਇਹ ਬੀਬੀਆਂ ਚੁਣਾਈ ਕਰ ਰਹੀਆਂ, ਹਾਰਵੈਸਟਿੰਗ ਹੋ ਰਹੀ ਹੈ, ਬੰਦੇ ਪਿੱਛੋਂ ਢੋਈ ਜਾ ਰਹੇ ਨੇ। ਇਹ ਅੱਜ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਲੱਗਦਾ ਜਿਵੇਂ ਦੁਬਾਰਾ ਲੱਗਿਆ ਹੋਇਆ, ਪਰ ਸ਼ੈਡ ਵਾਲਾ ਜਿਹੜਾ ਮੌਸਮੀ ਬੈਂਗਣ ਆ ਉਹਦੇ ਨਾਲੋਂ ਵੀ ਇਹ ਜ਼ਿਆਦਾ ਅੱਛਾ ਹੈ। ਬੀਬੀਆਂ ਚੁਣਾਈ ਕਰ ਰਹੀਆਂ, ਇਹ ਬੈਂਗਣ ਦੀ ਸੂਰਤ ਹਾਲ ਆ, ਇਹਨੂੰ ਹਰ ਚੌਥੇ ਦਿਨ ਸਪਰੇਅ ਕੋਰਾ ਜਿੰਦੀ ਸੀਟਾ ਕਰ ਰਹੇ ਹਾਂ ਵਾਈਟ ਫਲਾਈ ਤੋਂ,
ਅਤੇ ਕਾਂ ਰੇਡੀ ਕੋਈ ਨਹੀਂ, 100 ਛਾਪਰ ਮਗਰ 4 ਤੋਂ 5 ਛਾਪਰ ਸਿਰਫ ਕਾਂ ਨੇ ਹੁੰਦੇ ਆ। 27 ਦਿਨ ਇਹਨੂੰ ਪਾਣੀ ਲਾਉਂਦੇ ਹਾਂ ਅਤੇ ਅੱਧੀ ਯੂਰੀਆ ਲਾ ਦਿਓ। ਇਹ ਤੁਹਾਨੂੰ ਟ੍ਰਿਕ ਕਿਸੇ ਨੇ ਵੀ ਨਹੀਂ ਦੱਸਣਾ, 27 ਦਿਨ ਇਹਨੂੰ ਪਾਣੀ ਜ਼ਰੂਰ ਲਾ ਕੇ ਅੱਧੀ ਸਿਰਫ ਯੂਰੀਆ ਲਾਉਣੀ ਹੈ, ਅੱਧੀ ਬੋਰੀ। ਬੈਂਗਣ ਦੀ ਸੂਰਤ ਹਾਲ ਹੈ ਜੀ, ਤੁਹਾਨੂੰ ਜਿਹੜਾ ਫੜ ਬਣਾਇਆ ਹੋਇਆ ਜਿੱਥੇ ਲਿਆ ਕੇ ਰੱਖੀ ਜਾਂਦੇ ਨੇ ਛਾਪਰ ਭਰੇ ਜਾਂਦੇ ਪਲਾਸਟਿਕ ਬੈਗ, ਉਹ ਜਗ੍ਹਾ ਦਿਖਾ ਰਹੇ ਹਾਂ ਤੁਹਾਨੂੰ ਬੈਂਗਣ ਕਿਵੇਂ ਭਰੇ ਜਾਂਦੇ ਹਨ, ਕਿਵੇਂ ਲੋਡ ਹੁੰਦੇ ਹਨ। ਇਹ 5 ਕਿਲੋ ਦਾ ਵਟਾ ਪਿਆ ਜੀ, 5 ਕਿਲੋ ਵਜ਼ਨ ਤੋਲਿਆ ਜਾ ਰਿਹਾ। ਕਾਣਾ ਵਾ ਅਤੇ ਇਹ ਬੀਬੀਆਂ ਛਾਂਟੀ ਕਰੀ ਜਾ ਰਹੀਆਂ। ਇਹ 400 ਛਾਪਰ ਦੇ ਮਗਰ ਅਸੀਂ ਤਾਂ ਉਹ ਪਰਲੇ ਜਿਹੜੇ ਉਹ ਕਾਣੇ ਨਿਕਲੇ ਆ ਸੀਗਾ। ਇਹ ਛਾਪਰ ਭਰੇ ਹੋਏ ਨੇ, ਇਹ ਡਾਲਰ ਲੱਭਿਆ ਜਾ ਰਿਹਾ। ਸਾਡੇ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਵੀ ਵਾਈ ਦੇ ਮੁਤਾਲਕ ਕਿਸੇ ਵੀ ਕਿਸਮ ਦੀ ਮਾਲੂਮਾਤ ਚਾਹੀਦੀ ਆ ਤਾਂ ਉਹ ਸਾਡੇ ਨਾਲ ਕਮੈਂਟਸ 'ਚ ਰਾਬਤਾ ਕਰ ਸਕਦਾ। ਇਹ ਡਰਾਈਵਰ ਸਾਹਿਬ ਸਾਡੇ ਮੁਨਸ਼ੀ ਸਾਹਿਬ ਜਿਹੜੇ ਆ ਉਹ ਝਾਂਗ ਲਾਈ ਜਾ ਰਹੇ ਨੇ। ਅਸ ਕਿੰਨੇ ਕਿੰਨੇ ਦੀ ਝਾਂਗ ਲਾ ਰਹੇ ਹਾਂ ਜੀ, ਇਹ ਡੇਲੀ ਜਿਹੜਾ ਵਾ ਡਾਲਾ ਭਰਿਆ ਜਾ ਰਿਹਾ ਜੀ। ਚੌਰੀ ਆਸਫ ਕੰਬੋ ਉਹਨਾਂ ਦਾ ਗਰੀ ਮਾਡਲ ਫਾਰਮ ਬੈਂਗਣ ਦਾ 5 ਏਕੜ ਦਾ, ਸਾਰੀ ਆਸਾਬ ਕੰਬੋ ਉਹਨਾਂ ਦੇ ਫਾਰਮ 'ਤੇ ਅਸੀਂ ਅੱਜ ਮੌਜੂਦ ਹਾਂ।